अज असी चले हाँ बीड़ बाबा बुढ़ा साहिब। इतों आए हो तुसी? असी भखने तो आए बाबा सोहन सिंह भखना। पैदल ही आए? हाँ जी पैदल ही आए। छोटे छोटे पचंगीए भी पैदल जा रहे हो? कितों आए हो तुसी? पैदल जा रहे हो? वैसे ही तुर के क्यों नहीं गए? ओके अपने भी गुरु साहबां दे केस ही सारिया दे ते फिर आपां नूं भी तां केस रखने चाहिए आ ना। करो जिदा देखो आ वीर किड्डा सोहना लग रहा हुण। हाँ चक्की आ बाबा खड़क सिंह जी दे स्थान ते पईआं आ। आह गंढे जिहड़े कट्टण वाला टोका आ। लुंडी बुद्धी सुर खालसा वसे आनंदपुर धुर। बबे की पैरां दे नाल अपने प्रशादा तैयार करदे होए इधर सिंह शरदाई जिहड़े रगड़े ला रहे आ। ਕਰੇਕ ਜਾਵੇ ਨਿਆਲੇ ਜਾਵੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਇੱਧਰ ਸਾਰੇ ਸਿੰਘ ਤਿਆਰ ਬਰ ਤਿਆਰ ਆ ਬਸ ਅਰਦਾਸਾ ਸੋਧਣ ਵਾਸਤੇ ਸਿੰਘ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚੱਲੇ ਹਾਂ ਬੀੜ ਬਾਬਾ ਬੁੱਢਾ ਸਾਹਿਬ ਅਤੇ ਨਾਲ ਹੀ ਰਸਤੇ ਦੇ ਵਿੱਚ ਅਸੀਂ ਵਲੋਗ ਬਣਾਉਂਦੇ ਜਾਵਾਂਗੇ ਅਤੇ ਜਿਹੜੇ ਗੁਰਦੁਆਰੇ ਰਸਤੇ ਦੇ ਵਿੱਚ ਆਏ ਆਪ ਜੀ ਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਨਾਲੇ ਉਹਨਾਂ ਦੀ ਹਿਸਟਰੀ ਬਾਰੇ ਵੀ ਦੱਸਾਂਗੇ। ਅਤੇ ਆਹ ਵੀਰ ਆਪਣੇ ਨਾਲ ਚੱਲੇ ਆ ਘਰੋਂ ਚਾਲੇ ਪਾਉਣ ਲੱਗੇ ਹਾਂ ਅਤੇ ਬਾਕੀ ਰਸਤੇ ਦੇ ਵਿੱਚ ਆਪਾਂ ਜਦੋਂ ਜਾਵਾਂਗੇ ਤੁਹਾਨੂੰ ਨਾਲ ਨਾਲ ਹਿਸਟਰੀ ਦੱਸਦੇ ਜਾਵਾਂਗੇ ਨਾਲੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ। ਘਰੋਂ ਅਸੀਂ ਚਾਲੇ ਪਾਤੇ ਆ ਗੁਰਦੁਆਰਾ ਸਾਹਿਬ ਨੂੰ। ਆਹ ਜਿਹੜਾ ਰੋਡ ਆ ਇਹ ਛਿਆੜਾ ਸਾਹਿਬ ਤੋਂ ਰੋਡ ਆਉਂਦਾ ਆ ਇਹ ਝਬਾਲ ਵਾਲਾ ਰੋਡ ਵੱਜਦਾ ਆ। ਇਸ ਰੋਡ ਦੇ ਉੱਪਰ ਹੀ ਜਿਹੜਾ ਆ ਗੁਰਦੁਆਰਾ ਸੰਨ ਸਾਹਿਬ ਵੀ ਆਏਗਾ ਅਤੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ ਜਨਮ ਸਥਾਨ ਆ ਉਹ ਵੀ ਗੁਰਦੁਆਰਾ ਇਸ ਰੋਡ 'ਤੇ ਹੀ ਆ। ਅਤੇ ਇੱਥੇ ਹੀ ਅੱਗੇ ਜਾ ਕੇ ਥੋੜ੍ਹਾ 7-8 ਕਿਲੋਮੀਟਰ ਅੱਗੇ ਜਾ ਕੇ ਬਾਬਾ ਬੁੱਢਾ ਸਾਹਿਬ ਆਏਗਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ। ਆਹ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਵਾਪਸ ਆ ਗਈਆਂ ਆ ਹੁਣ ਇੱਥੇ ਸੰਨ ਸਾਹਿਬ ਦੇ ਦਰਸ਼ਨ ਕਰਨਗੀਆਂ। ਗੁਰਦੁਆਰਾ ਸੰਨ ਸਾਹਿਬ ਆ ਗਿਆ ਆ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸੰਨ ਸਾਹਿਬ ਦੇ। ਗੁਰਦੁਆਰਾ ਸੰਨ ਸਾਹਿਬ ਆ ਜਿਹੜਾ ਗੁਰਦੁਆਰਾ ਸੰਨ ਸਾਹਿਬ ਆ ਇੱਥੇ 84 ਘੱਟ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਆ। ਇਹ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਸਥਾਨ ਹੈ ਅਤੇ ਗੁਰਦੁਆਰਾ ਸੰਨ ਸਾਹਿਬ ਦੇ ਬਿਲਕੁਲ ਨਾਲ ਹੈ। ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਜਾ ਰਹੀਆਂ ਆ ਅਤੇ ਕੁਛ ਸੰਗਤਾਂ ਵਾਪਸ ਆ ਰਹੀਆਂ ਆ ਦਰਸ਼ਨ ਕਰਕੇ। ਆਹ ਦੇਖੋ ਜੀ ਵਾਹਿਗੁਰੂ ਜੀ ਜਿਹੜੀ ਆ ਸੰਗਤਾਂ ਆ ਪੈਦਲ ਜਿੱਦਾਂ ਮਾਤਾ ਗੰਗਾ ਜੀ ਗਏ ਸੀ ਇਹ ਸੰਗਤਾਂ ਵੀ ਪੈਦਲ ਮਤਲਬ ਤੁਰ ਕੇ ਪ੍ਰਸ਼ਾਦਾ ਨਾਲ ਤਿਆਰ ਕਰਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਉੱਥੇ ਅਸਥਾਨਾਂ ਵਾਸਤੇ ਜਿਹੜਾ ਲੈ ਕੇ ਚੱਲੇ ਆ। ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਕਿੱਥੋਂ ਆਏ ਆ ਭੈਣ ਜੀ ਹੁਣੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਭਖਣੇ ਤੋਂ ਆਏ ਬਾਬਾ ਸੋਹਣ ਸਿੰਘ ਭਖਣਾ। ਪੈਦਲ ਹੀ ਆਏ? ਹਾਂਜੀ ਪੈਦਲ ਹੀ ਆਏ ਡੇਰਿਆਂ ਤੋਂ ਗਾਂ ਕਿਲੋਮੀਟਰ ਡੇਰੇ ਸਾਡੇ ਭਖਣੇ ਤੋਂ। ਇੱਥੋਂ ਕਿੰਨਾ ਕਿੰਨੇ ਕਿਲੋ? 11 ਕਿਲੋਮੀਟਰ ਖੁਸ਼ੀ ਦੇ ਵਿੱਚ। ਦੇਖੋ ਜੀ ਮਤਲਬ ਸੰਗਤਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਫਿਰ ਸੰਗਤਾਂ ਪੈਦਲ ਹੀ ਤੁਰ ਕੇ ਆਉਂਦੀਆਂ ਆ। ਇਹ ਸਾਰੀਆਂ ਸੰਗਤਾਂ ਤੁਰ ਕੇ ਜਾ ਰਹੀਆਂ ਆ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਛੋਟੇ ਛੋਟੇ ਪਚੰਗੀਏ ਵੀ ਪੈਦਲ ਜਾ ਰਹੇ। ਕਿੱਥੋਂ ਆਏ ਹੋ ਤੁਸੀਂ? ਪੈਦਲ ਜਾ ਰਹੇ ਹੋ? ਵੈਸੇ ਹੀ ਤੁਰ ਕੇ ਕਿਉਂ ਨਹੀਂ ਗਏ? ਓਕੇ ਮਤਲਬ ਕਿਸੇ ਚੀਜ਼ 'ਤੇ ਚੜ੍ਹ ਕੇ ਕਿਉਂ ਨਹੀਂ ਗਏ? ਮੁੰਡੇ ਜ਼ਿਆਦੇ ਤਾਂ ਕਰਕੇ। ਕਿੰਨੀ ਦੂਰ ਆ ਮੀਆਂਪੁਰ ਇੱਥੋਂ? ਅੱਛਾ ਇਹੀ ਪਿੰਡ ਆ। ਤੁਹਾਨੂੰ ਪੂਰੇ ਰੋਡ 'ਤੇ ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲ ਪੂਰੇ ਰੋਡ 'ਤੇ ਦਿਖਣਗੇ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਮੇਲੇ ਦੇ ਉੱਤੇ ਆਉਂਦੀਆਂ ਨੇ ਪੂਰਾ ਰੋਡ ਹੀ ਜਿਹੜਾ ਜਾਮ ਆ। ਤੁਸੀਂ ਸਾਰੇ ਸਿੱਖਾਂ ਦੇ ਮੁੰਡੇ ਹੋ ਨਾ ਅਤੇ ਤੁਸੀਂ ਇੱਦਾਂ ਮਤਲਬ ਜੇ ਗੁਰੂ ਘਰੇ ਆਪਾਂ ਆਉਂਦੇ ਹਾਂ ਠੀਕ ਆ ਹੁਣ ਜੇ ਆਪਣੇ ਮਤਲਬ ਕਿ ਗੁਰੂ ਸਾਹਿਬ ਆਪਣੇ ਵੀ ਗੁਰੂ ਸਾਹਿਬਾਂ ਦੇ ਕੇਸ ਸੀ ਸਾਰਿਆਂ ਦੇ ਅਤੇ ਫਿਰ ਆਪਾਂ ਨੂੰ ਵੀ ਤਾਂ ਕੇਸ ਰੱਖਣੇ ਚਾਹੀਦੇ ਆ ਨਾ ਹੈ ਨਾ। ਤੁਸੀਂ ਵੀ ਚਲੋ ਅਜੇ ਨਹੀਂ ਮਨ ਹੈਗਾ ਮਨ ਬਣਾਓ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਜਿੱਦਾਂ ਦੇਖੋ ਆਹ ਵੀਰ ਕਿੱਡਾ ਸੋਹਣਾ ਲੱਗ ਰਿਹਾ ਹੁਣ ਹੈ ਨਾ। ਤੁਸੀਂ ਵੀ ਇੱਦਾਂ ਰੱਖ ਸਕਦੇ ਹੋ ਕੇਸ ਸਾਰੇ
इस स्थान ते जदों माता गंगा जी पुत्र दा वर लैण आए ते माता जी बाबा बुड्ढा जी वास्ते मिश्रे प्रसादे अते लस्सी नाल लैके आए सी ते पैदल आए सी। पहला और रथां दे उत्ते सवार हो के आए सी। बाबा बुड्ढा साहब जी ने कहा सी कि गुरु के महलां नूं कित्थों दीआं भाजड़ां पै गईआं। फिर माता गंगा जी सत्कार रूप दे विच प्रसादा तैयार करके बाबा बुड्ढा साहिब वास्ते अगले दिन नंगे पैरी आए सी ते फिर बाबा बुड्ढा साहब जी ने उन्हां नूं वर दित्ता सी ते उस तों बाद गुरु हरगोबिंद साहब जी का जन्म होया सी। ते अज भी इस स्थान ते संगतां मिस्से प्रसादे चढ़ा के अरदास करा के पुत्रां दे जिहड़े वार आ उह प्राप्त करदियां। हुण असीं बीड़ बाबा बुड्ढा साहिब पहुँच चुके हाँ। संगत जी हुण पहुँच चुके आपां गुरुद्वारा बाबा बुड्ढा साहिब विखे। आप जी वेख रहे हो कि किद्दां संगतां दा ठाठा मारदा इकट्ठा। असीं हुण बाबा खड़क सिंह जी दे स्थान ते जा रहे हां। इत्थे असीं ढाडी वारा सुणांगे फिर उस तों बाद बीड़ बाबा बुड्ढा साहिब जी दे आपां दर्शन करांगे क्योंकि अज संगत बहुत ज़्यादा आ। आप जी जिस स्थान दे दर्शन कर रहे हो यह स्थान बाबा खड़क सिंह जी जेडे कार सेवा वाले उन्हां दा आ। निहंग सिंह अपना बबे की पैरां दे नाल अपने प्रशादा तैयार करदे होए इधर सिंह शरदाई जेडे रगड़े ला रहे आ संगत वास्ते। जावे निहाल हो जावे सीधा सिंघां दे मन नूं पावे दौर सिंघ दे मन नूं पावे सतरी अकाल गुरमरी अकाल ਚਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਵਰਤਮਾਨੇ ਦੀ ਲਾਜ ਜਿੱਤੋ ਗੁਰਤੋ ਸਿੱਧੋ ਸਿੰਘੋ ਸਤਿਵਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲਾਡਲੀਆਂ ਫੌਜਾਂ ਦਿਓ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਪ੍ਰਤਿਆਰ ਛੋਟੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜੱਪੇ ਕਾਲੀਓ ਕਾਲ ਲੁੰਡੀ ਬੁੱਢੀ ਸੁਰ ਖਾਲਸਾ ਵਸੇ ਅਨੰਦਪੁਰ ਧੁਰ ਦੇਗ ਤੇਗ ਫਤਿਹ ਖਾਲਸੀ ਹਰ ਵਿਦਾਨ ਫਤਿਹ। ਇਹਨਾਂ ਨੇ ਸਾਨੂੰ ਬਾਗ ਦੇਣ ਤੋਂ ਰੋਕਿਆ ਹੋਇਆ ਉਹ ਪੰਜ ਵਕਤ ਦੀ ਨਮਾਜ਼ ਪੜ੍ਹਦੇ ਸੀ ਉੱਚੀ ਬਾਗ ਦਿੰਦੇ ਸੀ ਉਹਨਾਂ ਆਖਿਆ ਇਹਨਾਂ ਸਾਨੂੰ ਰੋਕਿਆ। ਉਹਨਾਂ ਸਿੱਖਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਰੋਕਿਆ ਕਿਉਂ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਮਿਆਨ ਦੇ ਟੇਗ ਦੇ ਮਿਆਨ ਤੇਗ ਨੂੰ ਬੇਮਿਆਨੀ ਕੀਤਾ ਹੈ ਤੱਤੇ ਫੱਟ ਮਿਆਨ ਚੋਂ ਤੇਗ ਕੱਢੀ ਉਂਗਲ ਫੇਰ ਕੇ ਧਾਰ ਤੇ ਪਾਸ ਕੀਤੀ ਬੁੱਲ ਫਰੋਂ ਫਰ ਫਰਾਉਂਦੇ ਰਹੇ ਜੀਵ ਫੜਕਦੀ ਰਹੀ ਗਲ ਵਿੱਚ ਪਾ ਕੇ ਪੱਲਾ ਅਰਦਾਸ ਕੀਤੀ। ਅਰਦਾਸ ਕੀ ਕੀਤੀ ਕਲਗੀ ਵਾਲਿਆ ਤੈਨੂੰ ਪੱਥਰਾਂ ਵਾਸਤਾ ਹੀ ਕੰਢ ਜਾਏ ਨਾ ਲੱਗ ਪੰਜਾਬੀਆਂ ਦੀ ਢਾਡੀ ਵਾਰਾ ਸੁਣ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਵਿਖੇ ਨਮਸਕਾਰ ਕੀਤੀ। ਬਾਬਾ ਖੜਕ ਸਿੰਘ ਜੀ ਦੇ ਅਸਥਾਨ 'ਤੇ ਕੁਛ ਪੁਰਾਤਨ ਚੀਜ਼ਾਂ ਪਈਆਂ ਹੋਈਆਂ। ਇਹ ਚੱਕੀ ਆ, ਇਹ ਗੰਢੇ ਕੁਤਰਨ ਵਾਲਾ ਜਿਹੜਾ ਟੋਕਾ ਆ, ਇਹ ਚਰਖਾ ਆ ਅਤੇ ਇਸ ਦੇ ਨਾਲ ਹੀ ਇਹ ਕਾਫੀ ਵੱਡਾ ਸੰਦੂਕ ਆ। ਇਹ ਚਾਟੀ ਆ, ਇੱਧਰ ਗੁੱਲੀ ਡੰਡਾ ਪਿਆ ਹੋਇਆ ਆ ਅਤੇ ਇਹ ਤੁਹਾਨੂੰ ਸਾਹਮਣੇ ਪੰਜਾਲੀ ਜਿਹੜੀ ਪਈ ਹੋਈ ਆ ਦਿਖੇਗੀ। ਪੰਜਾਲੀ ਉੱਪਰ ਲਿਖਿਆ ਵੀ ਹੋਇਆ ਪੰਜਾਬੀ ਦੇ ਵਿੱਚ ਇਹਦੇ। ਇਸ ਦੇ ਨਾਲ ਹੀ ਆ ਕਪਾਹ ਵਾਲਾ ਵੇਲਣਾ ਆ, ਛਾਜਾ। ਅਸੀਂ ਪਹੁੰਚ ਚੁੱਕੇ ਹਾਂ ਹੁਣ ਗੁਰਦੁਆਰਾ ਸਾਹਿਬ ਵਿਖੇ ਪਰ ਸੰਗਤ ਅਜੇ ਵੀ ਬਹੁਤ ਹੀ ਜ਼ਿਆਦਾ ਆ। ਨਮਸਕਾਰ ਕਰਕੇ ਅਜੇ ਸੰਗਤ ਜਾ ਵੀ ਚੁੱਕੀ ਆ ਪਰ ਸੰਗਤ ਅਜੇ ਆ ਵੀ ਰਹੀ ਆ। ਯਾਦ ਮੈਂ ਜੋ ਜੋ ਤੁਮ
संगत जी आ वेखो कि जिन्हां नूं मर्यादा दा पता है ना अल्लाह वो बाहर इशनान करदे आ बालजी दे नाल इदां ते फिर वीर अंदर सरोवर दे विच इशनान करनगे। ये वीर तां जिद्दां सिर दे केस नहीं हैगे पर फिर भी वीर नूं सोझी हैगी आ कि इदां मतलब कि इशनान दी जिहड़ी महानता आ उह इदां आ। इधर सारे सिंह तैयार बर तैयार आ बस अरदासा सोधन वास्ते सिंह गया फिर सिंह ने महला कढ़ना आ काफ़ी सिंह आए आ। ਪਵਣ ਸੁਭਾਵੈ ਮਨ ਮਹਿ ਸਿਮਰਨ ਕਰਿਆ ਸਾਧ ਸੁਧਾਨ ਦਾਸ ਅਸ਼ਟਿਦਾਨ। ਸੋ ਇਹ ਸੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਜਿਸ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਆ। ਹੁਣ ਅਸੀਂ ਘਰ ਚੱਲੇ ਹਾਂ ਅਤੇ ਫੋਨ ਦੀ ਬੈਟਰੀ ਵੀ ਬਿਲਕੁਲ ਲੋਅ ਹੋ ਚੁੱਕੀ ਆ। ਸੋ ਆਪਾਂ ਇੱਥੇ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।